ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ABP ਸਾਂਝਾ ਤੇ ਮੈਂ ਤੁਹਾਡੇ ਨਾਲ ਅਮਨਦੀਪ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 10 ਮਹੀਨਿਆਂ 'ਚ ਪੰਜਾਬ 'ਚ 38,000 ਕਰੋੜ ਰੁਪਏ ਤੋਂ ਵਾਧਾ ਨਿਵੇਸ਼ ਹੋਣ ਦਾ ਦਾਅਵਾ ਕੀਤਾ ਹੈ ਤੇ ਨਾਲ ਹੀ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਦੇ ਨਾਲ 2 ਲੱਖ ਤੋਂ ਵੱਧ ਨੌਕਰੀਆਂ ਨੌਜਵਾਨਾਂ ਨੂੰ ਮਿਲਣਗੀਆਂ ਹਾਲਾਂਕਿ ਮੁੱਖ ਮੰਤਰੀ ਨੇ ਇਲਜ਼ਾਮ ਲਗਾਏ ਨੇ ਕਿ ਹੁਣ ਤੱਕ ਪੰਜਾਬ 'ਚ ਰੁਜ਼ਗਾਰ ਅਤੇ ਕਾਰੋਬਾਰ ਪਿਛਲੀਆਂ ਸਰਕਾਰਾਂ ਦੀ ਵਜ੍ਹਾ ਦੇ ਕਾਰਨ ਨਹੀਂ ਆਇਆ ਤੇ ਖਾਸ ਤੌਰ ਦੇ ਉੱਤੇ ਦਾਅਵਾ ਕੀਤਾ ਹੈ ਕਿ ਹੁਣ ਪੰਜਾਬ ਭਰ ਦੇ ਵਿੱਚ ਕਾਰੋਬਾਰ ਵੀ ਆਏਗਾ ਤੇ ਰੁਜ਼ਗਾਰ ਵੀ। ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਆਪਣੇ 10 ਮਹੀਨਿਆਂ 'ਚ ਪੰਜਾਬ 'ਚ ਵੱਡੇ ਪੱਧਰ 'ਤੇ ਉਦਯੋਗ ਨਿਵੇਸ਼ ਹੋਣ ਦਾ ਦਾਅਵਾ ਕੀਤਾ ਹੈ। ਇਸ ਨਿਵੇਸ਼ ਦੇ ਆਧਾਰ 'ਤੇ CM ਮਾਨ ਨੇ ਲੱਖਾਂ ਹੀ ਨੌਕਰੀਆਂ ਮਿਲਣ ਦਾ ਭਰੋਸਾ ਨੌਜਵਾਨਾਂ ਨੂੰ ਦਿੱਤਾ। CM ਮਾਨ ਨੇ ਦਾਅਵਾ ਕੀਤਾ ਹੈ ਕਿ ਜਿਹੜੇ ਕਾਰੋਬਾਰੀ ਪਿਛਲੀਆਂ ਸਰਕਾਰਾਂ ਤੋਂ ਪਰੇਸ਼ਾਨ ਹੋ ਪੰਜਾਬ ਛੱਡ ਗਏ ਉਹਨਾਂ ਨੂੰ ਵੀ ਵਾਪਸ ਲਿਆਂਦਾ ਜਾਏਗਾ। ਜਦ ਤੱਕ ਪੰਜਾਬ 'ਚੋਂ ਚਲੀ ਗਈ ਦੁਖੀ ਹੋ ਕੇ ਪੁਰਾਣੀਆਂ ਸਰਕਾਰਾਂ ਦੇ ਵਤੀਰਿਆਂ ਤੋਂ ਜਾਂ ਉਹਨਾਂ ਦੀਆਂ ਬੇਰੁਖੀਆਂ ਕਰਕੇ ਇੱਥੇ ਆਏ ਹੀ ਨਹੀਂ। ਇੱਕ ਦੋ ਵਾਰੀ ਆਏ ਪਰ ਤੰਗ ਪਰੇਸ਼ਾਨ ਹੋ ਕੇ ਵਾਪਸ ਚਲੇ ਗਏ। ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ, ਇਹ ਵਾਅਦਾ ਵੀ ਅਸੀਂ ਕੀਤਾ ਸੀ। ਮੈਂ ਖੁਦ ਚੇਨਈ ਉਹਨਾਂ ਦੇ ਜਿਹੜੇ ਉੱਥੇ ਜਿਹੜੇ ਚੇਨਈ ਬੇਸਡ ਇੰਡਸਟਰੀਲਿਸਟ ਨੇ ਵੱਡੇ ਵੱਡੇ ਉਹਨਾਂ ਨੂੰ ਮਿਲ ਕੇ ਆਇਆ। ਬੈਂਗਲੌਰ, ਮੁੰਬਈ, ਹੈਦਰਾਬਾਦ, ਜਰਮਨੀ, ਦਿੱਲੀ ਅਤੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਆਲਰੇਡੀ ਮੌਜੂਦ ਨੇ ਇੰਡਸਟਰੀਲਿਸਟ, ਜਿਨ੍ਹਾਂ 'ਚ ਮੋਹਾਲੀ ਦੇ ਇੰਡਸਟਰੀਲਿਸਟ ਆਲੇ ਦੁਆਲੇ ਦੇ, ਮੋਹਾਲੀ ਦੇ ਆਲੇ ਦੁਆਲੇ ਕਸਬਿਆਂ ਦੇ, ਲੁਧਿਆਣੇ ਦੇ, ਜਲੰਧਰ ਦੇ, ਅੰਮ੍ਰਿਤਸਰ ਦੇ, ਪਠਾਨਕੋਟ। ਮੁੱਖ ਮੰਤਰੀ ਭਗਵੰਤ ਮਾਨ ਮੁਤਾਬਿਕ ਪੰਜਾਬ 'ਚ ਨਿਵੇਸ਼ ਹੋਣ ਜਾ ਰਿਹਾ ਹੈ। 10 ਮਹੀਨਿਆਂ 'ਚ 38,175 ਕਰੋੜ ਰੁਪਏ ਦਾ ਨਿਵੇਸ਼ ਹੋਏਗਾ। 2,43,248 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਰੀਅਲ ਅਸਟੇਟ, ਹਾਊਸਿੰਗ ਅਤੇ ਬੁਨਿਆਦੀ ਢਾਂਚੇ ਦੇ ਵਿੱਚ 11,853 ਕਰੋੜ ਰੁਪਏ ਦਾ ਨਿਵੇਸ਼, 1,22,225 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਮੈਨੂਫੈਕਚਰਿੰਗ ਖੇਤਰ 'ਚ 5,981 ਕਰੋੜ ਰੁਪਏ ਦਾ ਨਿਵੇਸ਼, 39,952 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਸਟੀਲ ਖੇਤਰ ਦੇ ਵਿੱਚ 3,890 ਕਰੋੜ ਰੁਪਏ ਦਾ ਨਿਵੇਸ਼, 9,957 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਟੈਕਸਟਾਈਲ 'ਚ 3.5 ਕਰੋੜ ਰੁਪਏ ਦਾ ਨਿਵੇਸ਼, ਕਰੀਬ 14,000 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਐਗਰੀ ਫੂਡ ਪ੍ਰੋਸੈਸਿੰਗ ਦੇ ਵਿੱਚ 2854 ਕਰੋੜ ਰੁਪਏ ਦਾ ਨਿਵੇਸ਼, ਕਰੀਬ 16,000 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਹੈਲਥ ਕੇਅਰ ਦੇ ਵਿੱਚ 2157 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ, 4510 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਹੁਣ ਤੱਕ 10 ਮਹੀਨਿਆਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਆਈ ਹੈ ਹਜ਼ਾਰ 175 ਕਰੋੜ ਰੁਪਏ ਦੀ ਇੰਡਸਟਰੀ ਜਿਹੜੀ ਹੈ ਉਹਨੇ ਸਾਨੂੰ 38,175 ਕਰੋੜ ਰੁਪਏ ਦਾ ਜਿਹੜਾ ਨਿਵੇਸ਼ ਹੈ ਉਹ ਪੰਜਾਬ 'ਚ ਆ ਰਿਹਾ, ਜਿਹਦੇ ਨਾਲ 2,43,148 ਸੋ ਫਾਰ 38,175 ਕਰੋੜ ਦੀ ਜਿਹੜੀ ਇਨਵੈਸਟਮੈਂਟ ਆਈ ਹੈ, ਜਿਹਦੇ ਨਾਲ 2,43,248 ਇੰਨੀ ਇੰਪਲਾਇਮੈਂਟ ਜਨਰੇਸ਼ਨ ਹੋਊਗੀ, ਰੁਜ਼ਗਾਰ ਇੰਨਾ ਇੰਨੇ ਲੋਕਾਂ ਨੂੰ ਮਿਲੂਗਾ। ਰੀਅਲ ਸਟੇਟ ਅਤੇ ਹਾਊਸਿੰਗ 'ਚ ਅਤੇ ਇਨਫਰਾਸਟ੍ਰਕਚਰ 'ਚ ਸਭ ਤੋਂ ਵੱਧ 11,853 ਕਰੋੜ, ਜਿਹਦੇ ਨਾਲ ਪ੍ਰਪੋਜ਼ਡ ਇੰਪਲਾਇਮੈਂਟ ਜਿਹੜੀ ਹੈ 1,22,225। ਮੈਨੂਫੈਕਚਰਿੰਗ ਦੇ ਵਿੱਚ 5,981 ਕਰੋੜ, ਲਗਭਗ 6,000 ਕਰੋੜ ਲਗਾ ਲਓ, ਅਤੇ ਇੰਪਲਾਇਮੈਂਟ ਜਿਹੜੀ ਹੈ ਰੁਜ਼ਗਾਰ ਮਿਲੂਗਾ 39,952। ਮੈਨੂਫੈਕਚਰਿੰਗ 'ਚ 5,891 ਕਰੋੜ, ਉਹਦੇ ਨਾਲ ਰੁਜ਼ਗਾਰ ਮਿਲੂਗਾ 39,952, 39,952 ਜਿਹੜੇ ਰੁਜ਼ਗਾਰ ਜਨਰੇਟ ਹੋਊਗਾ। ਅਲੋਏ ਸਟੀਲ ਐਂਡ ਸਟੀਲ
ये 3899 यानी कि 3890 करोड़ रुपये का इन्वेस्टमेंट आ गई। तो हुण तुहानू दसदे आ कि पंजाब दे किहड़े खेत्र च किन्ना निवेश होण जा रहा है। SAS नगर च 9794 करोड़ रुपए का निवेश होगा, 6861 नौजवानों को रुजगार मिलेगा। लुधियाना च 3919 करोड़ रुपए का निवेश होगा, 33172 नौजवानों को रुजगार मिलेगा। श्री फतेहगढ़ साहब च 4246 करोड़ रुपए का निवेश होगा, 13840 नौजवानों को रुजगार मिलेगा। श्री अमृतसर साहब च 4079 करोड़ रुपए का निवेश होगा, 85419 नौजवानों को रुजगार मिलेगा। पटियाला च 2821 करोड़ का निवेश होगा, 9927 नौजवानों को रुजगार मिलेगा। रोपड़ च यह अंकड़ा 1200 करोड़ रुपए का निवेश है, जदों की 3172 नौजवानों को रुजगार मिलने का दावा किया गया है। एस नगर 9794 करोड़ रुपए की इन्वेस्टमेंट है, 68061 पावर अपना इंप्लायमेंट जनरेशन है। सैकेंड लुधियाना 9319 करोड़, 33172 मैं डिस्ट्रिक्ट वाइज दस रहा या प्लेस वाइज दस रहा। दैन फतेहगढ़ साहब 4246 करोड़ रुपए, 13840 रोज़गार पैदा होगा। अमृतसर साहब 4079 85419 लोगों को काम मिलेगा। पटियाला 2821 9927 लोगों को काम मिलेगा। रूपनगर 1200 करोड़ रुपए, 3172 लोगों को काम मिलेगा। मुख्यमंत्री भगवंत मान ने दावा किया है कि लुधियाना च टाटा स्टील दे वलों सेकेंडरी स्टील का प्लांट लगेगा, 2600 करोड़ रुपए का निवेश होएगा। सनातन पॉलीकॉन दे वलों श्री फतेहगढ़ साहब दे विच प्लांट लाया जाना है, 1600 करोड़ रुपए का निवेश होएगा। नाभा पावर दे वलों पटियाला 641 करोड़ रुपए का निवेश होएगा। टॉपन दे वलों 548 करोड़ रुपए का निवेश किया जाना है। नैसले दे वलों मोगा च 423 करोड़ रुपए का निवेश होएगा। स्टील है 2600 करोड़ रुपया लुधियाने च वो सेकेंडरी स्टील का प्लांट ला रहे हैं, बिगेस्ट सैकेंड बिगेस्ट आफ्टर जमशेदपुर। उन्होंने काम शुरू हो गया, उन्होंने उन्होंने जी मैनुफैक्चरिंग है वो बाद चलूगी, पहला कंस्ट्रक्शन का काम शुरू हो गया। सनातन पॉलीकॉट 1600 करोड़ रुपया मैन मेड फाइबर, ये फतेहगढ़ साहब च है। जो आप राजपुरा तो सरहंद जाइए विचाले मैकडोनल्ड्स आता है, वो बैकसाइड पर उन्होंने अपनी जमीन खरीदी है सनातन। नाभा पावर LNT 641 करोड़ रुपया ये पावर के आ रहे हैं, तो पटियाला जिले के टोपन जापान की कंपनी टोपन ये पैकेजिंग एक्सपर्ट ने लाएंगे 548 करोड़ रुपया। नैसले स्विट्जरलैंड 423 करोड़ फूड प्रोसैसिंग जा रहे हैं मोगे, ऑलरेडी नैसले का प्लांट मोगे हैगा। वर्धमान स्पैशल स्टील आईची स्टील तो ये जापान के नाल कोलाबरेशन इन्हों की हाईब्रिड स्टील के आ रहे हैं, 342 करोड़ रुपए लुधियाना। मुख्यमंत्री भगवंत मान ने सरकार की मंशा साफ करदिया दावा किया है कि पंजाब च कारोबार ते रुजगार नूं प्रफुल्लित करन दे लई सरकार काम कर रही है। अजिहे च विदेश तो पंजाब च रुजगार लियाउण दा दम भरिया जा रहा है। पाकिस्तान नाल व्यापार करन ते मुख्यमंत्री भगवंत मान ने की जवाब दिता है, ब्रेक तो बाद दसांगे। मुख्यमंत्री भगवंत मान ने पाकिस्तान दे नाल व्यापार करन तो इनकार किया है। उन्होंने कहा कि जिहड़ा मुल्क जहर भेज रहा होवे उस दे नाल व्यापार किवें हो सकदा है। पंजाब च कारोबारियों नूं निवेश दा सद्दा देण वाले मुख्यमंत्री भगवंत मान ने पाकिस्तान नाल कारोबार करन तो गुरेज़ किया है।
सीएम ने कहा कि जिहड़ा मुल्क सानू जहर भेज रहा है इस नाल व्यापार किवें हो सकदा है। पंजाब दे नाल उहनां दे इदां दे ने कि हर रोज ड्रोन भेजदे ने, असीं तुसीं व्यापार की गल करदे हो, उह किहड़ा उह जहर दा व्यापार कर रहा साडे नाल, हर रोज़ ड्रोन, हर रोज़ पिस्तौल, हर रोज़ ड्रग, तो उन्होंने असी फिर व्यापार खोल के की करांगे। पाकिस्तान की इकोनमी तो वैसे भी असी पाकिस्तान की इकोनमी तो वैसे भी तो थोड़ा हालत उत्तर पता की हालत होगी, जिहड़े कंट्री नाल साडे संबंध ही ठीक नहीं है, जिहड़ा कंट्री सानू हर रोज़ मारन वास्ते साडे नौजवान नू मारन वास्ते जहर भेज रहे, स्लो पॉइजनिंग भेज रहे, असी उन्होंने व्यापार करके की करेंगे। साडे कोल होर बहुत कुछ है, पूरी दुनिया खुली है पंजाब लई, असी उन्होंने नाल एग्रीमेंट करांगे ते पंजाब नू खुशहाल बनाएंगे। 23 ਅਤੇ 24 ਫਰਵਰੀ ਨੂੰ ਪੰਜਵਾਂ ਪ੍ਰੋਗਰੈਸਿਵ ਪੰਜਾਬ ਇਨਵੈਸਟਮੈਂਟ ਸਮਿਟ ਹੋਣ ਜਾ ਰਿਹਾ ਹੈ, ਜਿਸ ਦੇ ਲਈ ਵੱਖ-ਵੱਖ ਦੇਸ਼ਾਂ ਦੇ ਉਦਯੋਗਪਤੀਆਂ ਦੇ ਵੱਲੋਂ ਹਿੱਸਾ ਲਿਆ ਜਾਣਾ ਹੈ। ਜਿਹੜਾ ਸਾਡਾ 2 ਦਿਨਾਂ ਦਾ ਸਮਿਟ ਹੈ, ਇਹਦੇ ਵਿੱਚ ਅਸੀਂ 9 ਸੈਕਟਰ ਰੱਖੇ ਨੇ ਡਿਸਕਸ਼ਨ ਲਈ ਤੇ ਇਨਵੈਸਟਮੈਂਟ ਲਈ। ਐਗਰੀ ਫੂਡ ਪ੍ਰੋਸੈਸਿੰਗ, ਟੈਕਸਟਾਈਲਸ, ਹੈਲਥ ਕੇਅਰ, ਐਜੂਕੇਸ਼ਨ, ਟੂਰਿਜ਼ਮ, IT ਐਂਡ ਸਟਾਰਟਅਪਸ, ਐਕਸਪੋਰਟ ਅਤੇ ਜਪਾਨ ਅਤੇ UK ਜਿਹੜੇ ਸਾਡੇ ਨੇ ਉਹਨਾਂ ਦੇ ਸਪੈਸ਼ਲ ਸੈਸ਼ਨ ਹੋਣਗੇ, ਉਹ ਸਾਡੇ ਪਾਰਟਨਰ ਨੇ। ਜਪਾਨ ਵਾਲੇ ਆਪਣੀਆਂ ਕੰਪਨੀਆਂ ਨੂੰ ਨਾਲ ਲੈ ਕੇ ਆਉਣਗੇ ਤਾਂ ਉਹਨਾਂ ਦਾ ਅਲੱਗ ਸੈਸ਼ਨ ਹੋਊਗਾ ਅਤੇ UK ਦਾ ਅਲੱਗ ਸੈਸ਼ਨ ਹੋਊਗਾ, ਪਾਰਟਨਰ ਕੰਟਰੀਜ਼ ਨੇ। ਸੋ ਜਿਹੜੇ ਕੋਈ ਸਵਾਲ ਉਠਾਉਂਦੇ ਹੋਣਗੇ ਕਿੱਥੇ ਆਇਆ ਜੀ ਨਿਵੇਸ਼, ਅਸੀਂ ਉਹਨਾਂ ਨੂੰ ਐਡਰੈਸ ਵੀ ਦੇ ਸਕਦਾ, ਉੱਥੇ ਜਾ ਕੇ ਦੇਖ ਸਕਦੇ ਨੇ। ਸੀਐਮ ਮਾਨ ਨੇ ਪਿਛਲੀਆਂ ਸਰਕਾਰਾਂ ਤੇ ਉਦਯੋਗਪਤੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਨੇ ਤੇ ਹੁਣ ਮੌਜੂਦਾ ਸਮੇਂ 'ਚ ਪੰਜਾਬ 'ਚ ਵਧੀਆ ਕਾਨੂੰਨ ਵਿਵਸਥਾ ਅਤੇ ਸਸਤੀ ਬਿਜਲੀ ਹੋਣ ਦਾ ਦਾਅਵਾ ਕਰਦਿਆਂ ਨਿਵੇਸ਼ ਦਾ ਸੱਦਾ ਦਿੱਤਾ। ਅਸੀਂ ਕੋਈ ਮਾਫੀਆ ਨਹੀਂ ਬਣਨ ਦੇਣਾ ਕਿਸੇ ਵੀ ਕਿਸਮ ਦਾ, ਨਾ ਹੀ ਅਸੀਂ ਕੋਈ ਕਿਸੇ ਗੈਂਗਸਟਰ ਨੂੰ ਜਾਂ ਕਿਸੇ ਗੈਰ ਸਮਾਜਿਕ ਤੱਤ ਨੂੰ ਕੋਈ ਪੋਲੀਟੀਕਲ ਸੰਰਕਸ਼ਣ ਦੇਣਾ ਹੈ, ਪੋਲੀਟੀਕਲ ਕੋਈ ਉਹਨਾਂ ਨੂੰ ਸ਼ਹਿ ਨਹੀਂ ਦੇਣੀ। ਅਸੀਂ ਨਹੀਂ ਕੋਈ ਗੈਂਗਸਟਰ ਪਾਲਣ ਵਾਲੇ, ਉਹ ਜਿਹੜੇ ਗੈਂਗਸਟਰ ਪਾਲਦੇ ਸੀ ਕੋਈ ਇਹਨਾਂ ਦਾ ਸੀ ਕੋਈ ਉਹਨਾਂ ਦਾ ਸੀ, ਉਹ ਸਾਰੇ ਲੋਕਾਂ ਨੇ ਘਰ ਬਿਠਾ ਤੇ ਅਤੇ ਅਸੀਂ ਜਿਹੜੀ ਪੰਜਾਬ ਪੁਲਿਸ ਇੰਨੀ ਸਕਸ਼ਮ ਹੈ ਕਿ ਉਹਨਾਂ ਨੂੰ ਹਰ ਰੋਜ਼ ਗੈਂਗਸਟਰ ਵੱਡੇ ਵੱਡੇ ਫੜੇ ਜਾ ਰਹੇ ਨੇ ਅਤੇ ਗੈਂਗਸਟਰ ਜਿਹੜੇ ਨੇ ਅਤੇ ਡਰੱਗ ਵੀ ਫੜੀ ਜਾ ਰਹੀ ਹੈ, ਹਥਿਆਰ ਵੀ ਫੜੇ ਜਾ ਰਹੇ ਨੇ। ਜਿਵੇਂ ਮੰਡੀ ਗੋਬਿੰਦਗੜ੍ਹ ਦੀ ਮੈਂ ਐਗਜ਼ਾਮਪਲ ਦੇ ਦਿੰਦਾ, ਬਹੁਤ ਵੱਡੀ ਇੰਡਸਟਰੀ ਸੀ, ਏਸ਼ੀਆ ਦੀ ਸਭ ਤੋਂ ਵੱਡੀ ਲੋਹੇ ਦੀ ਨਸ, ਅੱਜ ਖੰਡਰ ਬਣ ਗਈ, ਉਹ ਚਲੇ ਗਏ ਸਾਰੇ ਕਿਉਂਕਿ ਤੰਗ ਹੀ ਇੰਨੇ ਕੀਤੇ ਗਏ। ਇਸ ਵਾਰ ਅਸੀਂ ਬਿਜਲੀ ਦੇ ਮਾਮਲੇ 'ਚ ਨਾ ਅਸੀਂ ਘਰੇ ਘਰੇਲੂ ਖਪਤਕਾਰਾਂ ਨੂੰ ਕੱਟ ਲਾਏ, ਨਾ ਹੀ ਕੋਈ ਝੋਨਾ ਲਾਉਣ ਵੇਲੇ 8 ਘੰਟਿਆਂ ਦਾ ਕੀ 15-15 ਘੰਟੇ ਬਿਜਲੀ ਆਈ ਹੈ। ਮਾਨ ਸਰਕਾਰ ਦਾਅਵਾ ਕਰ ਰਹੀ ਹੈ ਕਿ ਪੰਜਾਬ 'ਚ ਨਿਵੇਸ਼ ਅਤੇ ਰੁਜ਼ਗਾਰ ਪੈਦਾ ਕਰਨ ਦੇ ਮੌਕੇ ਵਧਾਏ ਜਾ ਰਹੇ ਨੇ। ਸੀਐਮ ਨੇ ਵਿਗੜੀ ਕਾਨੂੰਨ ਵਿਵਸਥਾ ਦੇ ਤਮਾਮ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਸਥਿਤੀ ਕੰਟਰੋਲ 'ਚ ਹੋਣ ਦਾ ਦਮ ਭਰਿਆ। ਮੁੱਖ ਮੰਤਰੀ ਨੇ ਪੰਜਾਬ 'ਚ ਨਿਵੇਸ਼ ਆਉਣ ਦਾ ਦਾਅਵਾ ਕੀਤਾ, ਜਿਸ 'ਤੇ ਸਿਆਸਤ ਵੀ ਗਰਮਾ ਗਈ ਹੈ। ਵਿਰੋਧੀ ਧਿਰਾਂ ਦੇ ਵੱਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਬ੍ਰੇਕ ਤੋਂ ਬਾਅਦ ਪੂਰੀ ਖਬਰ। ਮੁੱਖ ਮੰਤਰੀ ਭਗਵੰਤ ਮਾਨ ਨੇ ਇਲਜ਼ਾਮ ਲਗਾਏ ਨੇ ਕਿ ਇਸ ਤੋਂ ਪਹਿਲਾਂ ਜਿਹੜੇ ਵੀ ਕਾਰੋਬਾਰੀ ਪੰਜਾਬ 'ਚ ਵਪਾਰ ਦੇ ਲਈ ਆਉਂਦੇ ਸਨ ਉਹਨਾਂ ਨੂੰ 2 ਪਰਿਵਾਰਾਂ ਦੇ ਨਾਲ MOU ਸਾਈਨ ਕਰਨਾ ਪੈਂਦਾ ਸੀ। ਉਹਨਾਂ ਦਾਅਵਾ ਕੀਤਾ ਹੈ ਕਿ ਹੁਣ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੁੰਦਾ। ਹਾਲਾਂਕਿ ਮੁੱਖ ਮੰਤਰੀ ਦੇ ਦਾਅਵੇ ਦੇ ਉੱਤੇ ਵਿਰੋਧੀਆਂ ਨੇ ਵੀ ਸਵਾਲ ਚੁੱਕੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਲਜ਼ਾਮ ਲਗਾਏ ਨੇ ਕਿ ਇਸ ਤੋਂ ਪਹਿਲਾਂ ਜਦੋਂ ਵੀ ਕਾਰੋਬਾਰੀ ਪੰਜਾਬ ਵਿੱਚ ਨਿਵੇਸ਼ ਲਈ ਆਉਂਦੇ ਸਨ ਤਾਂ 2 ਪਰਿਵਾਰਾਂ ਵੱਲੋਂ ਹਿੱਸਾ ਮੰਗਿਆ ਜਾਂਦਾ ਸੀ ਤੇ ਇਹਨਾਂ ਵਿੱਚੋਂ ਹੀ ਇੱਕ ਨਾਲ MOU ਸਾਈਨ ਕਰਨਾ ਪੈਂਦਾ ਸੀ, ਪਰ ਮੌਜੂਦਾ ਸਮੇਂ ਵਿੱਚ ਤਸਵੀਰ ਬਦਲਣ ਦਾ ਦਾਅਵਾ ਕੀਤਾ ਗਿਆ। ਪਹਿਲਾਂ ਜਦੋਂ ਆਉਂਦੇ ਸੀ ਕੋਈ ਇੰਡਸਟਰੀਅਲਿਸਟ, ਮੈਂ ਨਹੀਂ ਕਹਿੰਦਾ ਕਿ ਪਹਿਲਾਂ ਆਉਂਦੇ ਹੀ ਨਹੀਂ ਸੀ, ਆਉਂਦੇ ਸੀ। ਪਹਿਲਾਂ ਜਦੋਂ ਆਉਂਦੇ ਸੀ ਤਾਂ ਪੰਜਾਬ ਦੇ 2 ਪਰਿਵਾਰਾਂ 'ਚੋਂ ਇੱਕ ਪਰਿਵਾਰ ਰਾਜ 'ਚ ਹੁੰਦਾ ਸੀ, MOU ਇੱਕੋ ਪਰਿਵਾਰ ਨਾਲ ਹੀ ਕਰਨਾ ਪੈਂਦਾ ਸੀ ਕਿ ਸਾਨੂੰ ਕਿੰਨਾ ਦਿੰਦੇ ਹੋ ਜੀ। ਇੰਡਸਟਰੀਅਲਿਸਟ ਚਲਾ ਜਾਂਦਾ ਸੀ,
अज के इस जमाने प्रॉफिट चो हिस्सा मंगोगे 20% 25% कौन दे दूगा जी। पर जेड़े हुण आए ने ते 23-24 तरीक तो बाद आउणगे ओह MOU किसी एक परिवार नाल नहीं, पंजाब दे 3 करोड़ पंजाबियों नाल MOU होगा, उन्हां दे रोजगार वास्ते, पंजाब दी खुशहाली वास्ते। मुख्यमंत्री भगवंत मान दे दावे ते अकाली दल अते कांग्रेस ने भी सवाल चुके ने। ते नालो इकरार कीते है, कीदे नालो वायदे कीते है, ये तो नहीं मैनू ज्ञान कोई, पर मैनू इन्ना क जरूर पता लग्या सी जदों अखबारां च जां चैनलां जरिए तुसीं दिखाया सी कि साडे पंजाब दे इंडस्ट्रियलिस्ट UP गए है। तां किरपा करके सब तो पहलां मुख्यमंत्री साहब नूं बेनती करूंगा कि जिहड़े बाहर जा रहे हैं उन्हां नाल ही बैठ के उन्हां नूं बाहर जाण तों रोकण, ते उही इनवैसटमेंट पंजाब च होवे। जे कोई होर इनवैसटमेंट, जे कोई जिवें इस तरह बॉम्बे गए सी जां कितें होर गए सी, जे कोई इनवैसटमेंट पंजाब दे विच आई है जां आवेगी, ते लोकां नूं खुद बा खुद पता लग जाएगा। चंगी गल है इनवैसटमेंट पंजाब च आउणा, पर उह धरती ते आवे ते उहदा खड़का खुद बा खुद होएगा। इही गल मोदी जी कहिंदे हैगे आ, उह कहिंदे आ वी पिछले 67 सालां दे विच कुछ नहीं होया, ये हुण 2022 तो कहिंदे आ वी पंजाब तां पहलां है ही नहीं सीगा, पंजाब जे दित्ता सानूं तां बहुत माड़ी तरह दित्ता। भरावो जे माड़ी तरह भी दित्ता तुसीं तां हुण सांभ के चला लो, हुण तां गांह ठीक कर लो, क्योंकि ये बेसिकली देखो AB टीमां हैगियां BJP दियां। मैं बड़ा क्लीयर हाँ इहदे ते, साडे भी कई लीडर इहदे ते बहुत ही कलैरिटी नहीं रखते, पर मैनू बड़ा कलैरिटी हैगी आ, क्योंकि ये प्योरली डेमोक्रेसी दे चौथे पिलर दा गला घुट के ये देश नूं चलाउणा चाहुंदे आ, जिहड़ा कि बहुता चंगा नहीं है, क्योंकि साडियां समस्यावां हैगियां। 140 करोड़ दा देश है, उहनूं एड्रैस करके समस्यावां दा हल कीता जा सकदा, ना कि गला घुट के। क्योंकि जे गला घुट के करोंगे, कुछ चंद पत्रकार चंद मीडिया हाउसिस रह गए हैगे आ जिहड़े ओह पब्लिक दी आवाज़ नूं अगे लैके जांदे आ, अदरवाइज़ हौली हौली चुप कर गए और जां चुप करा दित्ते गए। मान सरकार ने अपने 10 महीनों विच पंजाब विच वड्डे पद्धर ते उद्योगिक निवेश होने का दावा किया है, ते इसे निवेश के आधार ते CMA ने लखां ही नौकरियां मिलने का भरोसा नौजवानों नूं दित्ता है। CMA ने दावा किया है कि जेड़े कारोबारी पिछलियां सरकारां तों परेशान हो पंजाब छड्ड गए ने, उन्हां नूं वापस लियांदा जाएगा। मान सरकार पंजाब च निवेश वधाउण दा दावा कर रही है, ब्रेक तो बाद दसांगे कि सरकार की नवी उद्योगिक पॉलिसी है कि इस तो पहला मान सरकार नवी उद्योगिक अते व्यापारक नीति नूं भी प्रवानगी दे चुकी है, तुहानूं दसदे हां कि इस नीति दे नाल कारोबारियां नूं किन्ना फायदा होएगा। तीन फरवरी नूं हुई पंजाब कैबिनेट की बैठक च नवी उद्योगिक अते व्यापारक नीति नूं प्रवानगी दित्ती गई सी। नवी नीति 17 अक्टूबर 2022 तो अमल दे विच आवेगी अते 5 सालां दे लई लागू रहेगी। दावा कीता गया कि इस दे नाल सूबे च सनती विकास नूं हुलारा मिलेगा अते नौजवानां दे लई रुजगार दे मौके पैदा होणगे। नीति तहत प्रमुख खेतरां दे विच बुनियादी ढांचा, ऊर्जा, सूखम अते दरमियाने उद्योग, वड्डे उद्योग, इनोवेशन, स्टार्टअप समेत कई मुद्दियां दे उत्ते फोकस रख्या गया। नीति तहत सूबा वख-वख उद्योगिक खेतरां दीआं आम अते खेतर आधारित विशेष जरूरतां नूं कवर करन दे लई 15 उद्योगिक पार्क अते सूबा भर दे विच 20 पेंडू कलस्टर विकसित करेगा। सिंगल विंडो सिस्टम दे रहे हैं असी। इस तो पहला परिवारवाद हुंदा सी, सारे बिजनेस इको परिवार दे हुंदे सी, हुण असी सिंगल विंडो सिस्टम दे रहे हैं। कोई दफ्तरां च खज्जल खुआरी नहीं होगी, चाहे वह कोई NOC लैनी है, चाहे पोल्यूशन सर्टिफिकेट, चाहे कोई फायर वाले तो, चाहे कोई किसी भी किस्म का कोई अनुमति लैनी है, तो असी उन्हूं ऑनलाइन प्लस इको पैकेज दे विच देवांगे, ताकि जे जमीन अज खरीदी है विद इन 10 डेज सारा कुछ उन्हूं मिलके
सारा कुछ उन्हों एनओसीज मिल जाना, दसवें ग्यारहवें दिन अपना भूमि पूजन वगैरह करा के पूजा पाठ जो भी उन्होंने वो अपनी पहली इट ला सकन, ना कि साल साल वो सिर्फ जिहड़ी है परमिशनां वास्ते धक्के खांदे रहन, जिथों कि फिर करप्शन पैदा होंदी है। नवी उद्योगिक अते व्यापारक नीति मुताबिक एंकर इंडस्ट्री दे विच जिहड़े भी कामे रखे जाणगे सरकार सबसिडी देवेगी। एंकर यूनिट नूं 5 साल दी म्याद दे लई सबसिडी मिलेगी। एससी बीसी ओबीसी वर्ग दे वर्करां दे लई 48,000 हर साल दिते जाणगे। जनरल वर्ग दे वर्करां दे लई 36,000 हर साल सरकार देवेगी। 25 करोड़ दे प्रोजेक्ट तक जिला पद्धरी मंजूरी मिलेगी। बॉर्डर ते कंडी एरिया दे जोन च एडिशनल इंसेंटिव 40% तक मिलणगे। बासमती दी प्रमोशन दे लई मंडी फीस खत्म की जाएगी। बासमती ते 25% वाटर वरतों चार्जिज घट लगणगे। नवे इंडस्ट्री पार्क ते सबसिडी सरकार देवेगी। 23 अते 24 फरवरी नूं इनवेस्ट पंजाब प्रोग्राम होण जा रहा है। पर इस तों पहलां मुख्यमंत्री भगवंत मान ने निवेश लियाउण दा दावा करदिआं बैंगलोर चेन्नई हैदराबाद मुंबई दौरे ते गए सन, जिस तहत कारोबारियों नूं पंजाब च आउण दा सद्दा दित्ता गया सी। फिलहाल दे लई बस इन्ना ही। इस दे नाल ही देश दुनिया ते पंजाब दी हर वड्डी खबर दे लई तुसीं देखदे रहो ABP सांझा।